45 ਕਰੋੜ ਰੁਪਏ ਦਾ ਬੰਗਲੇ ਤੇ ਖਰਚਾ ਕੀਤਾ ਰਵਿੰਦ ਕੇਜਰੀਵਾਲ ਨੇ ਉਹਦੇ ਕਿਉਂਗੇ ਉਹ ਸਰਕਾਰੀ ਬੰਗਲੇ ਦੇ ਕੀਤਾ ਜੀ ਜਿੰਨਾ ਮਰਜ਼ੀ ਕਰ ਸਕਦਾ ਉਹ ਤਾਂ ਕਹਿੰਦੀ ਸੀ ਮੈਂ ਦੋ ਕਮਰਾ ਜੀ ਰਹਿਣਾਗਾ ਕਹਿਣ ਵਾਲੀ ਗੱਲਾਂ ਹੁੰਦੀਆਂ ਨੇ ਉਹ ਜੇ ਤੱਕ ਜੇ ਤਾਂ ਆਪਦੇ ਘਰ ਤੇ ਲਾਇਆ ਫਿਰ ਤਾਂ ਦੱਸੋ ਨਹੀਂ ਮਤਲਬ ਉਹ ਕਹਿੰਦੀ ਸੀ ਮੈਂ ਸਰਕਾਰੀ ਮੰਗਲਾ ਲੈਣਾ ਹੀ ਨਹੀਂ ਨਹੀਂ ਲੈਣਾ ਉਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਯਾਰ ਤੁਸੀਂ ਮੰਨਦੇ ਹੋ ਵੀ ਸਰਕਾਰੀ ਪ੍ਰਾਪਰਟੀ ਜੀ ਉਹਦੇ ਜਿੰਨਾ ਮਰਜ਼ੀ 45 ਕਰੋੜ ਤੋਂ 60 ਘੱਟ ਵੀ 7-7 ਲੱਖ ਦਾ ਪੜਦਾ ਹੋਇਆ ਹੈ ਨਹੀਂ ਉਹ ਤਾਂ ਫਿਰ ਸਾਰਾ ਕੁਝ ਹੁੰਦਾ ਪਰ ਕਹਿੰਦਾ ਮਤਲਬ ਵੀ ਉਹ ਤਾਂ ਜੇ ਸਰਕਾਰੀ ਬੰਗਲੇ ਤੇ ਲਾਇਆ ਨਾ ਜੇ ਤਾਂ ਉਹਨੇ ਘਰ ਦੇ ਤੇ ਲਾਇਆ ਫਿਰ ਤਾਂ ਆਪਾਂ ਕਹੀਏ ਵੀ ਉਹਨੇ ਗਲਤ ਕੀਤਾ ਇੱਕ ਇੱਕ ਹੋਰ ਚੀਜ਼ ਹੈ ਜੀ ਆ ਸੁਸ਼ੀਲ ਕੁਮਾਰ ਰਿੰਕੂ ਜਿਹਨਾਂ ਨੂੰ ਟਿਕਟ ਮਿਲੀ ਆ ਆਮ ਆਦਮੀ ਪਾਰਟੀ ਕਹਿੰਦੀ ਦਰਿਆ ਝਾੜਨ ਨਾਲ ਟਿਕਟ ਦੇਣੀ ਆ ਤੇ ਕਾਂਗਰਸ ਜਿਹੋ ਆਏ ਬੰਦੇ ਨੂੰ ਟਿਕਟ ਦੇ ਦਿੱਤੀ ਬਸ ਜੀ ਇਹ ਤਾਂ ਹੁਣ ਉਹਨਾਂ ਦਾ ਪਾਰਟੀ ਦਾ ਫੈਸਲਾ ਹੈ ਪਾਰਟੀ ਦਾ ਫੈਸਲਾ ਜੀ ਪਾਰਟੀ ਦਾ ਫੈਸਲਾ ਹਾਂ ਜੀ ਪੜਾ ਤਾਂ ਪਾਰਟੀ ਚ ਬਹੁਤ ਵਧੀਆ ਸਾਰੇ ਕਾਂਗਰਸ ਅਕਾਲੀ ਦਲ ਚੋਂ ਆ ਕੇ ਆਮ ਆਦਮੀ ਪਾਰਟੀ ਬਣੀ ਯਾਰ ਇਹ ਸੇ ਕੋਈ ਗੱਲ ਥੋੜਾ ਬੰਦੇ ਆ ਗੀ ਵਰਕਰ ਤਾਂ ਬਹੁਤ ਪੁਰਾਣੇ 2013 ਦੇ ਅੰਨਾ ਦੇ ਜਾਰੇ ਵੇਲੇ ਦੇ ਹੈ ਜੀ ਨਹੀਂ ਸਾਰੇ ਵਰਕਰ ਹੀ ਆ ਜੀ ਕੋਈ ਚੱਕਰ ਸਾਰੇ ਪਾਰਟੀਆਂ ਚੋਂ ਆ ਰਿੰਕੂ ਦਾ ਜੇ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦੇ ਵਰਕਰ ਸੀ ਜਾਂ ਭਾਜਪਾ ਰਿੰਕੂ ਦਾ ਬਿਲਕੁਲ ਲੇਟੈਸਟ ਆਇਆ ਨਾ ਯਾਰ ਗੱਲ ਨਹੀਂ ਸਮਝੇ ਇਹ ਤਾਂ ਕੋਈ ਜ਼ਰੂਰੀ ਥੋੜਾ ਹੁੰਦਾ ਹਾਂ ਜੀ ਹਜ਼ਰ ਇਨਸਾਨ ਹੀ ਆ ਸਾਰੇ ਕਾਂਗਰਸ ਸੀ ਪਹਿਲਾਂ ਕਾਰੀ ਦਲ ਸੀ ਲੇਕਿਨ ਲੋਕਾਂ ਨੇ ਬਦ ਨਹੀਂ ਬਸ ਪਰ ਪੁਆ ਨ ਤੁਮ ਸਾਹਿਬ ਲੈ ਰਹੇ ਜੀ ਉਦੋਂ ਲੈਣਗੇ ਜੀ ਸੀਐਮ ਸਾਹਿਬ ਨੇ ਹੋਸ਼ ਜੇ ਸੀ ਲੈਣੀ ਆਮ ਗੈਂਗਸਟਰਾਂ ਨੂੰ ਖਤਰਾ ਤਾਂ ਸੀਐਮ ਨੂੰ ਖਤਰਾ ਨਹੀਂ ਹੋ ਸਕਦਾ ਕਹਿੰਦੇ ਸੀ ਨਾ ਸਰੋਤ ਪ੍ਰੋਟੋਕੋਲ ਵੀ ਹੁੰਦਾ ਜੀ ਪ੍ਰੋਟੋਕੋਲ ਦੇ ਹਿਸਾਬ ਨਾਲ ਹੀ ਵੀਰ ਜੀ ਵੱਧ ਲਈ ਹੈ ਜੀ ਪਹਿਲਾ ਵਾਲਿਆਂ ਨਾਲ ਮਿਲ ਪਹਿਲਾ ਵਾਲਿਆਂ ਨਾਲ ਵੱਧ ਲਈ ਹੈ ਕਹਿੰਦੇ ਜੀ ਨਹੀਂ ਜੀ 19 ਸਕਿਉਰਟੀ ਹੈ ਵੱਧਾ ਜੀ ਕਹਿੰਦੇ ਤੁਸੀਂ ਰਿਕਾਰਡ ਕਢਾਓ ਸ਼ਾਇਦ ਹੋਈ ਗਈ ਜੀ ਨਹੀਂ ਮਤਲਬ ਇਹ ਕਹਿੰਦੇ ਸੀ ਕਿ ਇਹ ਕਹਿੰਦੇ ਹੁੰਦੇ ਸੀ ਕਿ ਇਹ ਸੀਐਮ ਸਾਹਿਬ ਦਾ ਪ੍ਰੋਟੋਕੋਲ ਇਹ ਨਹੀਂ ਇਹ ਕਹਿੰਦੇ ਹੁੰਦੇ ਸੀ ਮੁਰਗੀ ਖਾਨਾ ਖੋਲ ਲੋ ਇਹ ਕਹਿੰਦੇ ਹੁੰਦੇ ਸੀ ਮੁਰਗੀ ਖਾਨਾ ਖੋਲ ਲੋ ਜੇ ਖਤਰਾ ਹੈ ਨਹੀਂ ਨਹੀਂ ਇਹ ਨਹੀਂ ਗੱਲ ਹੁੰਦੀ ਵੇਖੋ ਜੋ ਸਰਕਾਰ ਦੀਆਂ ਜਾਂ ਡਿਪਾਰਟਮੈਂਟ ਦੀਆਂ ਜਾਂ ਉੱਤੇ ਗ੍ਰਹਿ ਮੰਤਰਾਲੇ ਦੀਆਂ ਜੋ ਡਾਇਰੈਕਸ਼ਨ ਆ ਉਹਦੇ ਮੁਤਾਬਕ ਹੀ ਸਿਕਿਉਰਿਟੀ ਮਿਲਦੀ ਹੈ ਇਹ ਕਹਿੰਦੇ ਗੱਲਾਂ ਹੋਰ ਸੀ ਅਸਲ ਹੋਰ ਨਹੀਂ ਜੀ ਨਹੀਂ ਵੇਖੋ ਗੱਲ ਸੁਣੋ ਹੁਣ ਇਹ ਸਿਕਿਉਰਿਟੀ ਦੀ ਬਹੁਤ ਜ਼ਰੂਰਤ ਹੈ ਜਿੱਥੇ ਵੀ ਅੱਜ ਦੇ ਹਾਲਾਤ ਹਰਕਤ ਵਾਸਤੇ ਖਲਾਬ ਖਰਾਬ ਲੱਗਦੇ ਨੇ ਤਾਂ ਸੀਐਮ ਸਾਹਿਬ ਵੱਤ ਵੀ ਹੋ ਸਕਦੇ ਨੇ ਕਿ ਗਲਤ ਨਹੀਂ ਮਤਲਬ ਇਹ ਤੋਂ ਪਹਿਲਾਂ ਵਾਲੇ ਸੀਐਮ ਵੀ ਸਹੀ ਸੀ ਜਿਹੜੇ ਸਿਕਿਉਰਿਟੀ ਲੈਂਦੇ ਸੀ ਯਾਰ ਇਹ ਨਹੀਂ ਗੱਲ ਹੁੰਦੀ ਹਾਲਾਤ ਜਿਹੜੇ ਨੇ ਬਦਲਦੇ ਰਹਿੰਦੇ ਨੇ ਨਹੀਂ ਨਹੀਂ ਹਾਲਾਤ ਪੰਜਾਬ ਦੇ ਠੀਕ ਹੈ ਉਹ ਨਹੀਂ ਵੀਰੇ ਆਪਾਂ ਹੁਣ ਇੱਕ ਜੋ ਐਨਐਸਏ ਲੱਗਿਆ ਉਹਦੇ ਬਾਅਦ ਹੀ ਐਡਵਾਈਜ਼ਰੀ ਕਮੇਟੀਆਂ ਬਿਠਾਤੀਆਂ ਇਹਨਾਂ ਨੇ ਜੋ ਵਿੱਚ ਗਲਤ ਲੱਗੇਗਾ ਉਹ ਉਹਨਾਂ ਕਰ ਚੇਂਜ ਕਰਨਗੇ ਉਹ ਤਾਂ ਹੀ ਬਣਾਈਆਂ ਉਹਨਾਂ ਨੇ ਠੀਕ ਹੈ ਹਾਈ ਕੋਰਟ ਨੂੰ ਲਾ ਕੇ ਡਿਬਰੂਗੜ ਹਾਈ ਕੋਰਟ ਜਿਹੜਾ ਉਹ ਦੇਖ ਰਿਹਾ ਸਾਰਾ ਕੁਝ ਉੱਪਰ ਤੋਂ ਤੇ ਉਹਦੇ ਜੋ ਫੈਸਲੇ ਹੋਣਗੇ ਇੱਕੋ ਦਾ ਡਿਬਰੂਗੜ ਭੇਜਨੇ ਪੰਜਾਬ ਦੇ ਨੌਜਵਾਨ ਸਹੀ ਸੀ ਜੀ ਹਾਂਜੀ ਡਿਬਰੂਗੜ ਵਾਲਿਆਂ ਜੇਲਾ 'ਚ ਭੇਜਨੇ ਨੌਜਵਾਨ ਪੰਜਾਬ ਦੇ ਨਹੀਂ ਦੇਖੋ ਪੰਜਾਬ ਦਾ ਮਾਹੌਲ ਇੱਕ ਵਾਰ ਸਹੀ ਕਰਨ ਵਾਸਤੇ ਤਾਂ ਦੇਖੋ ਜਿਨ੍ਹਾਂ ਤੇ ਸ਼ੱਕ ਹੈਗਾ ਸਰਕਾਰ ਨੂੰ ਜਿਹੜੇ ਮਤਲਬ ਕਿ ਦੇਸ਼ ਮੰਤਰੀ ਬਾਜੀ ਕਿਦੋਂ ਕੀ ਖਤਰਾ ਸੀ ਦੇਖੋ ਦੇਖੋ ਜਿਹੜੇ ਨਾਲ ਜੁੜੇ ਹੋਏ ਬੰਦੇ ਹੁਣ ਜਿਹੜੇ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਚਪਮਾ ਅਸੀਂ ਵੀ ਆ ਉਹ ਤਾਂ ਹੁਣ ਇਨਕੁਆਰੀ ਜੇ ਸਹੀ ਹੋਣਗੇ ਤਾਂ ਨਿਕਲ ਜਾਣਗੇ ਜੀ ਇਹ ਤਾਂ ਅਹੀਆਂ ਜਿਹੜੀਆਂ ਹੁਣੇ ਕਰ ਰਹੇ ਲੋਕਿਆਂ ਦੇ ਵੀ ਅਸੀਂ ਜੀ ਚੁਣੀ ਸੀ ਸਰਕਾਰ ਸਾਡੇ ਤੇ ਐਨਐਸਏ ਕਹਿੰਦੇ ਨਹੀਂ 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 ਐਨਐਸਏ ਤਾਂ ਫਿਰ ਜਿਹੜੇ ਆ ਗਏ ਨੇ ਜਿਹੜੇ ਜਥੇਬੰਦੀਆਂ ਦੇ ਵਿੱਚ ਜਿਨ੍ਹਾਂ ਦੇ ਨਾਮ ਆਇਆ ਸਾਰੇ ਹੀ ਚੱਕੇ ਜਿਹੜੇ ਛੁੱਟੇ ਵੀ ਤਾਂ ਦੇਖੋ ਕਿੰਨੇ ਬੰਦੇ ਛੱਡੇ ਹੈਗੇ ਜਿਹੜੇ ਜਿਹੜੇ ਇਨਕੁਆਰੀ ਵਿੱਚ ਨਿਕੜੀ ਦੀ ਜਾ ਰਹੇ ਆ ਉਹ ਨਿਕਲ ਜਾਣਗੇ ਜਿਹੜੇ ਸਹੀ ਹੋਣਗੇ ਵੱਜ ਜਾਣਗੇ ਚਿੱਟ ਚਿੱਟੇ ਤੇ ਰੋਕ ਲੱਗੀ ਨਹੀਂ ਜੀ ਸ਼ਰਮ ਪਿੰਡਾਂ ਸਰ ਹਲੇ ਤਾਂ 1 ਸਾਲ ਹੋਇਆ ਸਰਕਾਰ ਆਈ ਨੂੰ ਸਰਕਾਰ ਕਹਿੰਦੀ 4 ਹਫ਼ਤੇ ਮਹੀਨੇ ਚ ਹੀ ਕੇਜਰੀਵਾਲ ਸਾਹਿਬ ਦਾ ਬਿਆਨ ਅਮਰਸਰ ਨਹੀਂ ਨਹੀਂ ਇਹ ਤਾਂ ਡਿਪੈਂਡ ਕਰਦਾ ਨਾ ਵੀ ਆਪਾਂ ਉਸ ਚੀਜ਼ ਤੇ ਕੰਮ ਕਿੰਨਾ ਕਰ ਰਹੇ ਹਲੇ ਥੋੜਾ ਜਿਹਾ ਟਾਈਮ ਤਾਂ ਚਾਹੀਦਾ ਹੀ ਹੈ ਸਾਡੀ ਸਰਕਾਰ ਨੂੰ ਵੀ ਅੱਛਾ ਜੀ ਪਿਛਲੀਆਂ ਸਰਕਾਰਾਂ ਦਾ ਟਾਈਮ ਤੁਸੀਂ ਦੇਖਦੇ ਆ ਰਹੇ ਹੋ ਬਹੁਤ ਟਾਈਮ ਦੇ ਕੇ ਦੇਖ ਲਿਆ ਹਲੇ ਤੱਕ 1 ਸਾਲ ਬੀਤਿਆ ਜੀ ਥੋੜਾ ਟਾਈਮ ਰੁਕਜੋ ਬਹੁਤ ਕੁਝ ਨੱਥ ਪੈ ਜਾਏਗੀ ਬਹੁਤ ਕੁਝ ਨੱਥ ਪੈ ਜਾਏਗੀ ਬਿਲਕੁਲ ਪੈ ਜਾਏਗੀ